ਚੂੜੀਆਂ ਬਹੁਤ ਜਚਦੀਆਂ ਤੈਨੂੰ ਹੈ ਜੇ ਪਿਆਰ ਹੋਵੇ ਤਾਂ ਸੋਨੇ ਚੂੜੀਆਂ ਨਾ ਬਣਾ ਕੇ ਦੋ ਹਰ ਵੇਲੇ ਬਸ ਰੋ ਵੀ ਮਾਰਨਾ ਹੁੰਦਾ ਸੋਨੇ ਦੀ ਬਣਾ ਦੋ ਇੱਥੇ ਉਹ ਦੇਖ ਬਾਹਰ ਕੋਈ ਆਈ ਨਹੀਂ ਜਾਂਦੀ ਮੈਂ ਉਹ ਬਾਹਰ ਆਇਆ ਕੋਈ ਬੈਲ ਹੋਣ ਡਈ ਹੈ ਨਹੀਂ ਖੋਲ ਕਮਾਲ ਆ ਉਹ ਤੂੰ ਬੈਲ ਵਜਾਈ ਜਾਂਦਾ ਬੰਦਾ ਖੁੱਲਾ ਖੁੱਲਾ ਦਰਵਾਜ਼ਾ ਤੇ ਪਹਿਲਾਂ ਦੱਸਦੀ ਨਹੀਂ ਆ ਜਾਓ ਜੀ ਲੰਘ ਜਾਓ ਹਾਂਜੀ ਸੰਤਾ ਸਿੰਘ ਜੀ ਆਹੋ ਆਹੋ ਕੀ ਹਾਲ ਹੈ ਜੈ ਪਾਣੀ ਪਾਣੀ ਲੈ ਕੇ ਆ ਨਹੀਂ ਲਿਆਂਦੀ ਉਹਨੂੰ ਸਤਿ ਸ਼੍ਰੀ ਅਕਾਲ ਬੁਲਾ ਲੈ ਪਾਣੀ ਲੈ ਕੇ ਆ ਸੰਤਾ ਸਿੰਘ ਜੀ ਬਾਕੀ ਗੱਲ ਤਾਂ ਠੀਕ ਆ ਸਰਦੀਆਂ ਹੋ ਗਈਆਂ ਉਹਨੂੰ ਪੱਖਾ ਚੱਲਣ ਡਿਆ ਅਸੀਂ ਬਿਜਲੀ ਮਹਿਕਮੇ ਜਾ ਚੁੱਕੇ ਹਾਂ ਸਾਡੇ ਘਰ ਮੀਟਰ ਘੁੰਮਦਾ ਉਹਨੇ ਮੀਟਰ ਨਹੀਂ ਘੁੰਮਦਾ ਹੁਣ ਠੰਡ ਲੱਗਣ ਦੀ ਹੈ ਬੰਦ ਕਰਾ ਦੇਣੇ ਹੁਣੇ ਕਿੰਨਾ ਟਾਈਮ ਲਾ ਦਿੰਦੀ ਹੈ ਬਹਿ ਜਾ ਉਹ ਪੱਖਾ ਬੰਦ ਕਰਨ ਨਾਲ ਨਹੀਂ ਕਰਦੀ ਮੈਂ ਉਹ ਸੰਤਾ ਸਿੰਘ ਜੀ ਪੱਖਾ ਤੁਹਾਨੂੰ ਬੰਦ ਕਰਨਾ ਪੈਣਾ ਪੱਖਾ ਬੰਦ ਕਰਨ ਲੱਗਿਆ ਤੁਸੀਂ ਆਪ ਨਹੀਂ ਕਰ ਸਕਦੇ ਹਰ ਵੇਲੇ ਰੋਹ ਮਾਰਦੇ ਰਹਿੰਦੇ ਹੋ ਆ ਗਿਆ ਉਹ ਸਮਝ ਦੇ ਲੈ ਪੱਖਾ ਬੰਦ ਕਰ ਜਦੋਂ ਬੰਦੇ ਦਾ ਵਿਆਹ ਆ ਜਾਏ ਨਾ ਉਹ ਜਨਾਨੀ ਥੱਲੇ ਲੱਗਣਾ ਪੈਂਦਾ ਨਹੀਂ ਯਾਰ ਇੱਕ ਮਿੰਟ ਠਹਿਰ ਜਾ ਉਹ ਜਨਾਨੀ ਵੀ ਮੰਨੀ ਪੈਣੀ ਹੈ ਪੱਖਾ ਬੰਦ ਕਰਨ ਨਾਲ ਬੰਦਾ ਥੱਲੇ ਲੱਗ ਜਾਂਦਾ ਦੇਖਦੇ ਆ ਤੁਸੀਂ ਕਿੱਦਾਂ ਦੀ ਬੰਦ ਕਰਦੇ ਮੈਂ ਵੀ ਬਿਜਲੀ ਮਹਿਕਮੇ ਦੱਸ ਦਿਓ ਅੱਜ ਮੈਂ ਪੱਖਾ ਬੰਦ ਨਹੀਂ ਕਰਦਾ ਤੁਹਾਨੂੰ ਹੀ ਕਰਨਾ ਪੈਣਾ ਪੱਖਾ ਬੰਦ ਮੈਂ ਵੀ ਨਹੀਂ ਕਰਦੀ ਨਹੀਂ ਕਰਾਂਗਾ ਪੱਖਾ ਮੈਂ ਨਹੀਂ ਬੰਦ ਕਰਾਂਗਾ ਵੀ ਤੁਹਾਨੂੰ ਦੱਸ ਦਿਓ ਕਿੱਦਾਂ ਫਿਰ ਬਿਜਲੀ ਮਹਿਕਮੇ ਦਾ ਮੈਂ SDO ਹਾਂ ਹਾਂ ਤੇ ਪੱਖਾ ਮੇਰੀ ਘਰਵਾਲੀ ਨਾਲ ਬੰਦ ਕਰੇ ਤੇ ਮੈਂ ਬੰਦ ਕਰਾਂ ਆਪਾਂ ਆ ਕਰਦੇ ਫਿਰ ਥੱਲੇ ਨਹੀਂ ਲੱਗੇ ਆਪਾਂ ਹੈਲੋ ਹਾਂ ਗੁਰਦੇਵ ਕੀ ਗੱਲ ਯਾਰ ਇੰਨਾ ਟਾਈਮ ਲਾਦਾ ਚੁੱਕਣ ਤੇ ਯਾਰ ਘਰ ਮੇਰੇ ਗੈਸਟ ਆਏ ਨੇ ਤੇ ਪੱਖਾ ਚੱਲਣ ਡਿਆ ਸਾਡਾ ਤੂੰ ਕੀ ਕਰਨਾ ਤੂੰ ਮਾਰਨਾ ਤੇ ਬਿਜਲੀ ਬੰਦ ਕਰਦੇ ਯਾਰ